ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਤੁਹਾਡੇ ਲਈ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਮੀਗ੍ਰੇਸ਼ਨ ਗੁਰੂ ਦੇ ਵਿੱਚ ਅਸੀਂ ਤੁਹਾਡੇ ਲਈ ਇਮੀਗ੍ਰੇਸ਼ਨ ਨ ਟਿਪਸ ਲੈ ਕੇ ਹਾਜ਼ਰ ਹੁੰਨੇ ਆ ਸੋ ਹਰ ਵਾਰ ਤੁਹਾਡੇ ਲਈ ਆ ਇੱਕ ਨਵਾਂ ਮਹਿਮਾਨ ਹਾਜ਼ਰ ਹੁੰਦਾ ਹੈ ਇਮੀਗ੍ਰੇਸ਼ਨ ਗੁਰੂ ਦੇ ਵਿੱਚ ਅੱਜ ਫਿਰ ਆਈਸੀਸੀ ਇਮੀਗ੍ਰੇਸ਼ਨ ਤੋਂ ਮੇਰੇ ਨਾਲ ਮਨੋ ਦਿੱਤਾ ਜੀ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਉਹਨਾਂ ਤੋਂ ਨਵੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਵਿੱਚ ਅਪਡੇਟਸ ਆਈਆਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਮਨੋਜੀ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਈਵਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮ ਡੀ ਤੇ ਆਰ ਡੀ ਵੱਲੋਂ ਪਿਆਰ ਭਰੀ ਅਤੇ ਨਿੱਗੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਹੈ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ ਸਾਨੂੰ ਬੁਲਾਉਣ ਵਾਸਤੇ। ਥੈਂਕ ਯੂ ਮਨੋਜੀ। ਅੱਛਾ ਮਨੋਜੀ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜਿਹੜਾ ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ ਉਹਦੇ ਤੋਂ ਸ਼ੁਰੂ ਕਰੋ ਵੀ ਉਹਦੇ ਵਿੱਚ ਕੀ ਅੱਜ ਜਿਹੜੇ ਆਪਸ਼ਨਸ ਨੇ ਤਾਂ ਕੀ ਉਹਦੇ ਨੰਬਰ ਨੇ ਅੱਜ। ਸਿਮਰ ਸਾਹਿਬ ਕੱਲ ਡਰਾ ਆਊਟ ਹੋਇਆ ਜੀ ਹਾਂਜੀ ਐਂਡ 3000 ਇਨਵੀਟੇਸ਼ਨ ਕੱਲ ਦਿੱਤੇ ਗਏ ਨੇ ਐਂਡ ਜਿਹੜਾ CRS ਸਕੋਰ ਹੈਗਾ ਉਹ 357 ਪਿਛਲੇ ਦੌਰ ਡਰਾ ਦਾ ਸੀਗਾ ਐਤ ਕੀ 404 ਤੇ ਗਿਆ ਬੜਾ ਕਾਫੀ ਜੰਪ ਹਾਈ ਹੋ ਗਿਆ ਕਾਫੀ ਜੰਪ ਹੋਇਆ ਐਂਡ ਇੱਕੋ ਚੀਜ਼ ਕਹਿਣਾ ਚਾਹਵਾਂਗੇ ਕਿ ਹੁਣ ਸਟੂਡੈਂਟਸ ਜਿਹੜੇ ਵੀ ਹੈਗੇ ਨੇ ਬਿਕੋਜ਼ ਆਇਲਟਸ ਬਹੁਤ ਸਾਰੇ ਬੱਚਿਆਂ ਨੇ ਕੀਤਾ ਨਹੀਂ ਹੋਇਆ ਸੀ ਐਂਡ ਜਿਨ੍ਹਾਂ ਨੇ ਕੀਤਾ ਹੋਇਆ ਸੀਗਾ ਉਹਨਾਂ ਦੇ ਸਕੋਰਸ ਉਹਨਾਂ ਨੇ ਇੰਪਰੂਵ ਕੀਤੇ ਆ ਜਿਹਦੇ ਕਰਕੇ ਉਹਨਾਂ ਦਾ ਜਿਹੜੇ CRS ਸਕੋਰਸ ਆ ਚੱਕੇ ਗਏ ਨੇ ਸੋ 3000 ਇਨਵੀਟੇਸ਼ਨ 404 ਇਟ ਇਟ ਇਜ਼ ਅ ਗੁੱਡ ਥਿੰਗ ਬਟ ਇੱਕ ਚੀਜ਼ ਕਹਿਣਾ ਚਾਹਾਂਗਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਕੱਲਾ ਇਹ ਨਾ ਸੋਚ ਕੇ ਬੈਠੋ ਕਿ CEC ਦੇ ਵਿੱਚ ਹੀ ਤੁਹਾਡੀ ਐਪਲੀਕੇਸ਼ਨ ਲੱਗਣੀ ਹੈਗੀ ਆਪਣੇ ਆਪ ਨੂੰ ਪ੍ਰਪੇਅਰ ਇਸ ਤਰ੍ਹਾਂ ਕਿ ਬਿਕੋਜ਼ CEC ਦਾ ਹੋ ਸਕਦਾ ਸਕੋਰ ਇੱਥੇ ਨਾ ਰਵੇ ਬਿਕੋਜ਼ ਜਿਸ ਤਰ੍ਹਾਂ 357 ਤੋਂ ਜੰਪ ਹੋ ਕੇ 404 ਤੇ ਆ ਗਿਆ ਇਸੇ ਤਰ੍ਹਾਂ ਹੋਰ ਵੀ ਜੰਪ ਹੋ ਸਕਦਾ ਐਂਡ ਜਿਸ ਤਰੀਕਾ ਜਿਸ ਤਰ੍ਹਾਂ ਬਾਰਡਰਸ ਖੁੱਲਣਗੇ ਜਿਸ ਤਰ੍ਹਾਂ ਵੀਜ਼ਾ ਸਟੈਂਪਿੰਗ ਸ਼ੁਰੂ ਹੋਏਗੀ ਬਾਹਰੋਂ ਤੇ ਬਾਹਰੋਂ ਐਪਲੀਕੈਂਟਸ ਨੂੰ ਵੀਜ਼ਾ ਲੱਗਨੇ ਸ਼ੁਰੂ ਜਣਗੇ बिकॉज ਇਸ ਟਾਈਮ 450 ਟੋਪੇ ਤਕਰੀਬਨ 35000 ਐਪਲੀਕੈਂਟਸ ਬੈਠਾ ਜੀ 450 ਸਕੋਰ ਤੋਂ ਉੱਪਰ ਐਂਡ ਜੇ ਅਸੀਂ 400 ਤੋਂ ਲੈ ਕੇ 450 ਦੀ ਗੱਲ ਕਰੀਏ ਤੇ 45000 ਐਪਲੀਕੈਂਟਸ ਉਸ ਬ੍ਰੈਕਟ ਦੇ ਵਿੱਚ ਵੀ ਬੈਠਾ ਜੀ ਉਸ ਤਕਰੀਬਨ 80000 ਐਪਲੀਕੈਂਟਸ ਇਸ ਟਾਈਮ ਹੈਗਾ ਜੀ 400 ਤੋਂ ਉੱਪਰ ਸੋ ਬੱਚਿਓ ਤੁਹਾਡੇ ਵਾਸਤੇ ਯੂ ਹੈਵ ਟੂ ਬੀ ਵੈਰੀ ਵੈਰੀ ਥਿੰਕ ਟੁਆਇਸ ਕਿ ਕਿਹੜੀ ਚੀਜ਼ ਮੇਰੇ ਵਾਸਤੇ ਬੈਸਟ ਵਰਕ ਕਰ ਸਕਦੀ ਵੁਡ ਇਟ ਬੀ ਅ ਪੀ ਐਨ ਪੀ ਪੀ ਐਨ ਪੀ ਵੀ ਕਿੱਥੇ ਹੋ ਸਕਦਾ ਹੈ ਕਿਹੜਾ ਪ੍ਰੋਵਿੰਸ ਤੁਹਾਡੇ ਵਾਸਤੇ ਬੈਸਟ ਹੈ ਵੁਡ ਇਟ ਬੀ ਨੋਵਾ ਵੇਕ ਨਿਊ ਫਾਉਂਡਲੈਂਡ ਸਾਸਕਾਚੁਆਨ ਮੈਨੀਟੋਬਾ 온ਟਾਰੀਓ ਜੇ 온ਟਾਰੀਓ ਦੇ ਵਿੱਚ ਵੀ ਤੁਹਾਡੇ ਕੋਲ এমਪਲੋయర్ ਹੈਗਾ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਪੂਰੀ ਸਿਨਸੀਅਰਿਟੀ ਓਨੈਸਟੀ ਨਾਲ ਕੰਮ ਕਰੋ ਐਂਡ ਜੇ ਜੌਬ ਵੀ ਛੱਡਣੀ ਹੈ ਕਿਸੇ ਹੋਰ ਜੌਬ ਤੇ ਵੀ ਜਾਣਾ ਹੈ ਆਪਣੇ এমਪਲੋయర్ ਨੂੰ ਐਮਪਲ ਟਾਈਮ ਦਿਓ ਕਿਉਂਕਿ ਕੱਲ ਨੂੰ ਤੁਸੀਂ ਵੀ ਐਂਟਰਪ੍ਰੀਨਰ ਬੰਨਾ ਹੈਗਾ ਕੱਲ ਨੂੰ ਤੁਹਾਡੇ ਵੀ ਜਦੋਂ ਲੇਬਰ ਸ਼ਾਰਟੇਜਸ ਤੁਸੀਂ ਫੀਲ ਕਰੋਗੇ ਤੇ ਯੂ ਵਿਲ ਨੋ ਕਿ ਵਾਟ ਇਜ਼ ਵਾਟ ਇਟ ਮੀਨਸ ਸੋ ਨਾਲੇ ਜੇ এমਪਲੋయర్ ਨਾਲ ਤੁਸੀਂ ਗਰੋਅ ਹੀ ਕਰਨਾ ਹੈ ਤਾਂ এমপ্লয়ার ਨੂੰ ਕੋ ਕਿ ਮੈਂ ਹੋਰ ਰਿਸਪਾਂਸਿਬਿਲਟੀਜ਼ ਲੈਣ ਵਾਸਤੇ ਤਿਆਰ ਹੈਗਾ ਤੁਸੀਂ ਮੈਨੂੰ ਹੈਲਪ ਕਰੋ ਐਂਡ ਐਲ ਐਮ ਆਈ ਦੀ ਲੋੜ ਹੈ ਪੀ ਐਨ ਪੀ ਦੋ ਲੋੜ ਆਪਣੇ এমপ্লয়ার ਨਾਲ ਗੱਲ ਕਰਕੇ ਆਪਣੇ ਇਸ ਪੂਰੀ ਸਿਨਸੈਰਿਟੀ ਨਾਲ ਉੱਥੇ ਕੰਮ ਕਰੋ 90% এমপ্লয়ারਸ ਐਂਡ 90% এমਪਲੋਇਜ਼ ਬਹੁਤ ਵਧੀਆ ਹੁੰਦੇ ਨੇ ਸਿਮਰਜੀ ਸਿਰਫ 10% এমপ্লয়ারਸ ਹੁੰਦੇ ਨੇ ਤੁਹਾਨੂੰ ਜਿਹੜਾ ਤਾਨ ਕਰਦੇ ਨੇ ਤੇ ਉਸੇ ਤਰ੍ਹਾਂ 10% এমਪਲੋਇਜ਼ ਵੀ ਹੁੰਦੇ ਨੇ ਜਿਹੜੇ এমਪਲੋਇਰ ਨੂੰ ਤਾਨ ਕਰਦੇ ਨੇ ਸੋ ਇੱਕ ਚੀਜ਼ ਹੈਗੀ ਜੀ ਵਾਟ ਗੋਜ਼ ਅਰਾਊਂਡ ਕਮਜ਼ ਅਰਾਊਂਡ ਆਪਣੇ ਜਿੰਨੀ ਜਿਸ ਤਰ੍ਹਾਂ ਸਿਨਸੈਰਿਟੀ ਨਾਲ ਕੰਮ ਕਰੋਗੇ ਉਸ ਮਦਦ ਕਰੇਗਾ ਬਿਲਕੁਲ ਜੀ ਅੱਛਾ ਦੂਸਰੀ ਆਪਾਂ ਗੱਲ ਕਰਾਂ ਕਿ ਬਹੁਤ ਸਾਰੀਆਂ categories ਨੇ ਤੇ ਆਪਾਂ ਹਮੇਸ਼ਾ ਗੱਲ ਕਰਦੇ ਆ ਜਿਹੜਾ business startup ਹੈ ਇਹਦੇ ਤੇ ਫਿਰ ਆਪਾਂ ਦੁਬਾਰਾ ਗੱਲ ਕਰਦੇ ਆ ਕਿਉਂਕਿ ਬਹੁਤ سارے ਜਿਹੜੇ ਪਤਾ ਹੀ ਆਪਣੇ ਜਿਹੜੇ ਆਪਣੇ ਵੀਰ ਭੈਣੇ ਉਹ ਆਉਣਾ ਚਾਹੁੰਦੇ ਨੇ ਇਸ ਕੈਟਾਗਰੀ ਤੇ ਇਹਦੇ ਬਾਰੇ ਵੀ ਕੁਝ ਦੱਸੋ ਦਰਸ਼ਕਾਂ ਨੂੰ ਸਿਮਰਜੀ ਸਟਾਰਟਅਪ ਵੀਜ਼ਾ ਕੀ ਹੈਗਾ ਬਈ ਓਕੇ ਇਸ ਟਾਈਮ ਬਿਜ਼ਨਸ ਦੀਆਂ 4-5 ਕੈਟਾਗਰੀਜ਼ ਐਗਜ਼ਿਸਟ ਕਰਦੀਆਂ ਸਭ ਤੋਂ ਪਹਿਲੇ ਕੈਟਾਗਰੀ ਹੈਗੀ ਜੀ ਓਨਰ ਆਪਰੇਟਰ ਇਸ 1 ਕੈਟਾਗਰੀ ਜਿਹਦੇ ਵਿੱਚ ਤੁਸੀਂ ਵਿਜ਼ਿਟ ਵੀਜ਼ਾ ਤੇ ਕੈਨੇਡਾ ਆਂਦੇ ਹੋ ਇੱਥੇ ਆ ਕੇ ਬਿਜ਼ਨਸ ਬਾਏ ਕਰਦੇ ਹੋ ਐਂਡ ਉਹਦੇ ਬੇਸ ਤੇ ਉੱਤੇ ਤੁਸੀਂ ਵਰਕ ਪਰਮਿਟ ਆਪਣੇ ਵਾਸਤੇ ਉਸ ਬਿਜ਼ਨਸ ਨੂੰ ਰਨ ਕਰਨ ਵਾਸਤੇ ਐਜ਼ ਅ ਆਪਰੇਟਰ ਤੁਸੀਂ ਆਪਣੇ ਆਪਣੇ ਵਾਸਤੇ ਲੈਂਦੇ ਹੈਗੇ ਸੋ ਉਹਨੂੰ ਓਨਰ ਆਪਰੇਟਰ ਕੈਟਾਗਰੀ ਹੈਗੀ ਬਟ ਇਹਦੇ ਵਿੱਚ ਟੈਂਪਰੇ ਸੈਕੰਡ ਕੈਟੇਗਰੀ ਆ ਗਈ ਇੰਟਰਾ ਕੰਪਨੀ ਟਰਾਂਸਫਰੀ ਇੰਟਰਾ ਕੰਪਨੀ ਟਰਾਂਸਫਰੀ ਦੇ ਵਿੱਚ ਤੁਹਾਡੇ ਕੋਲ ਬੈਕ ਹੋਮ ਕੋਈ ਬਿਜ਼ਨਸ ਹੈਗਾ ਤੁਸੀਂ ਉਹਨੂੰ ਬਿਜ਼ਨਸ ਨੂੰ ਐਕਸਪੈਂਡ ਕੈਨੇਡਾ ਦੇ ਵਿੱਚ ਕਰਨਾ ਚਾਹੁੰਦੇ ਹੋ ਸੋ ਉਹਦੇ ਬੇਸ ਤੇ ਉੱਤੇ ਦਿਸ ਇਜ਼ ਅ ਐਲ ਐਮ ਆਈਆ ਐਗਜ਼ੈਮਟ ਵੀਜ਼ਾ ਐਂਡ ਇੱਥੇ ਤੁਸੀਂ ਅਪਲਾਈ ਕਰਦੇ ਹੋ ਕਿ ਮੈਂ ਕੈਨੇਡਾ ਆ ਕੇ ਆਪਣਾ ਵੀਜ਼ਾ ਆਪਣਾ ਬਿਜ਼ਨਸ ਐਕਸਪੈਂਸ਼ਨ ਦੇ ਉੱਤੇ ਆਵਾ ਇਹ ਵੀ ਵਰਕ ਪਰਮਿਟ ਹੈਗਾ ਇਹ ਵੀ ਟੈਂਪਰੇਰੀ ਵੀਜ਼ਾ ਹੈਗਾ ਹੁਣ ਤੀਸਰੀ ਕੈਟੇਗਰੀ ਆ ਗਈ ਜੀ ਸਟਾਰਟਅਪ ਸਟਾਰਟਅਪ ਦੇ ਵਿੱਚ ਕੀ ਹੈਗਾ ਜੀ ਸਟਾਰਟਅਪ ਇਜ਼ 1 ਕੈਟੇਗਰੀ ਜਿਹਦੇ ਵਿੱਚ ਤੁਸੀਂ ਵਰਕ ਪਰਮ ਪਰਮਨੈਂਟ ਪ੍ਰੈਜ਼ੀਡੈਂਟ ਦੇ ਤੌਰ ਤੇ ਵੀ ਆ ਸਕਦੇ ਹੋ 스타ਟਅਪ ਦੇ ਵਿੱਚ ਸਮਰਤ ਜੀ ਬਹੁਤ ਸਾਰੀ ਕਨਫਿਊਜ਼ਨਸ ਅਜ ਦੀ ਤਰੀਕ ਤੇ ਚੱਲ ਰਹੀਆਂ ਹੈ ਇਹ ਕੋਈ ਇੰਡੀਆ ਦੇ ਵਿੱਚ ਜਿਹੜੀ ਫੀਸਿਸ ਵੀ ਹੈਗੀਆਂ ਬੜੀ ਡਰਾਸਟਿਕ ਵੇਰੀ ਕਰਦੀਆਂ ਹੈਗੀਆਂ ਐਂਡ ਇੱਕੋ ਹੀ ਚੀਜ਼ ਕਹਾਂਗਾ ਕਿ ਜਿੰਨਾ ਡਰਾਸਟਿਕ ਵੇਰੀਏਸ਼ਨ ਇੰਡੀਆ ਦੇ ਵਿੱਚ ਹੈਗਾ ਆ ਬਿਕਾਉਜ਼ ਉਹ ਉੱਥੇ ਏਜੰਟਸ ਬੈਠੇ ਨੇ ਜਿਹੜੇ ਕੰਸਲਟੈਂਟ ਲਾਅਰਸ ਇੱਥੇ ਬੈਠੇ ਨੇ ਉਹਨਾਂ ਦੇ ਅੱਗੇ ਏਜੰਟਸ ਹੈ ਐਂਡ ਦੇ ਸਮ ਟਾਈਮਸ ਦੇ ਡੋਨਟ ਈਵਨ ਬਾਦਰ ਸਮ ਟਾਈਮਸ ਕਿਸੇ ਦਾ ਏਜੰਟ ਹੈ ਵੀ ਨਹੀਂ ਉੱਥੇ ਤੇ ਉਹ ਆਪਣੇ ਆਪ ਹੀ ਰਿਪਰੈਜ਼ੈਂਟ ਕਰੀ ਜਾਂਦੇ ਨੇ ਜ ਬਿਕੋਜ਼ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਸਿਰਫ RCIC ਮੈਂਬਰਸ ਜਿਹੜੇ ਰੈਗੂਲੇਟਿਡ ਮੈਂਬਰਸ ਨੇ ICCRC ਦੇ ਮੈਂਬਰਸ ਹੈਗੇ ਨੇ ਉਹ ਰਿਪਰੈਜ਼ੈਂਟ ਕਰ ਸਕਦੇ ਨੇ ਜਾਂ ਫਿਰ ਲਾ ਸੋਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਕਰ ਸਕਦੇ ਨੇ ਰਿਪਰੈਜ਼ੈਂਟ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਹੈਗਾ ਕਿ ਉਹ ਫੀਸ ਘਟਾਉਣ ਦੇ ਚੱਕਰ ਦੇ ਵਿੱਚ ਇੱਕ ਇੱਕ ਬਿਜ਼ਨਸ ਓਕੇ ਵਾਟ ਇਸ ਸਟਾਰਟਅਪ ਸਟਾਰਟਅਪ ਸਿਮਰਤ ਜੀ ਇੱਕ ਐਹੋਰਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਤੁਸੀਂ ਕੋਈ ਵੀ ਬਿਜ਼ਨਸ ਕਰ ਰਹੇ ਹੋ ਉਹਨੂੰ ਟੈਕਨੋਲੋਜੀ ਨਾਲ ਤੁਸੀਂ ਪੋਟਅਪ ਕਰਕੇ ਬਿਜ਼ਨਸ ਇਨਵੈਸਟਰਸ ਦੇ ਕੋਲ ਐਂਜਲ ਇਨਵੈਸਟਰਸ ਦੇ ਕੋਲ ਕਯੂਬ ਇਨਕਿਊਬੇ ਕਿ ਦਿਸ ਇਜ਼ ਵਾਟ ਆਈ ਪਲਾਨ ਟੂ ਡੂ ਆਮ ਇਨ ਇੰਡੀਆ ਟੂ ਬੈਕ ਹੋਮ ਯੂ ਆ ਬੈਕ ਜਿੱਥੇ ਵੀ ਕੰਟਰੀਜ਼ ਦੇ ਵਿੱਚ ਹੈਗੇ ਉੱਥੇ ਬੈਕ ਹੋਮ ਬਿਜ਼ਨਸ ਮੈਂ ਐ ਕਰਦਾ ਹੈਗਾ ਐਂਡ ਇਹਨੂੰ ਮੈਂ ਟੈਕਨੋਲੋਜੀ ਦੇ ਨਾਲ ਇਸ ਤਰ੍ਹਾਂ ਪੁਟ ਅਪ ਕਰ ਸਕਦਾ ਐਂਡ ਇਹਦੀ ਬਿਜ਼ਨਸ ਗਰੋਥ ਜਿਹੜੀ ਕਾਫੀ ਅੱਛੀ ਹੋ ਸਕਦੀ ਹੈਗੇ ਸੋ ਜਦੋਂ ਬਿਜ਼ਨਸ ਪਲਾਨਸ ਬਿਜ਼ਨਸ ਨੰਬਰਸ ਬਿਜ਼ਨਸ ਡਿਟੇਲਸ ਇਨਵੈਸਟਰਸ ਨੂੰ ਸਮਝ ਆਂਦੀ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਇਟ ਇਜ਼ ਵਰਥ ðiਰ ਟਾਈਮ ਐਂਡ ਮਨੀ ਤੇ ਉਹ ਤੁਹਾਨੂੰ ਇੱਕ ਲੈਟਰ ਆਫ ਸਪੋਰਟ ਇਸ਼ੂ ਕਰ ਦਿੰਦੇ ਨੇ ਲੈਟਰ ਆਫ ਸਪੋਰਟ ਇਸ਼ੂ ਹੋਣ ਤੋਂ ਬਾਅਦ ਤੁਹਾਡੀ ਫਾਈਲ ਮੱਧੇ ਨਜ਼ਰ ਰੱਖਦੇ ਹੋਏ ਫੀਸ ਨੂੰ ਘਟਾਉਣ ਦੇ ਚੱਕਰ ਦੇ ਵਿੱਚ what they are doing is ਕਿ ਇੱਕ ਇੱਕ ਫਾਈਲ ਦੇ ਉੱਤੇ they are putting four or five applicants on the same file same ਹਾਂ ਠੀਕ ਹੁਣ ਜਿਹੜੇ ਪੰਜ ਐਪਲੀਕੈਂਟਸ ਅਗੇ ਨਾ ਤੇ ਇੱਕ ਦੂਜੇ ਨੂੰ ਜਾਣਦੇ ਹੈਗੇ ਨੇ ਉਹਨਾਂ ਦਾ ਫੀਲਡ ਵੀ ਅਲੱਗ-ਅਲੱਗ ਹੈਗੇ ਨੇ ਤੁਹਾਡੇ ਬਿਜ਼ਨਸ ਜਿਹੜਾ ਪਲਾਨ ਪੁਟ ਅਪ ਕਰ ਰਹੇ ਉਹਦੇ ਨਾਲ ਕੋਈ ਕੋਰਿਲੇਸ਼ਨ ਨਹੀਂ ਹੈਗਾ ਬਟ ਤੁਹਾਡੇ ਏਜੰਟ ਜਿਹੜੇ ਇੰਡੀਆ 'ਚ ਬੈਠੇ ਹੋਏ ਨੇ ਜਾਂ ਪਾਕਿਸਤਾਨ ਦੇ ਵਿੱਚ ਜਾਂ ਮਿਡਲ ਈਸਟ ਦੇ ਵਿੱਚ ਦੇ ਡੋਂਟ ਟੈਲ ਯੂ ਕਿ ਕੀ ਕਰ ਰਹੇ ਨੇ ਉਸ ਫਾਈਲ ਦੇ ਉੱਤੇ ਦੇ ਜਸਟ ਪੁਟ ਇਟ ਅਪ ਔਰ ਜਦੋਂ ਪਤਾ ਤੁਹਾਨੂੰ ਤਾਂ ਲੱਗਦਾ ਹੈ ਜਦੋਂ ਇਮੀਗ੍ਰੇਸ਼ਨ ਦੇ ਕੋਲ ਤੁਹਾ ਤੁਹਾਨੂੰ ਲੈਟਰ ਆਫ ਸਪੋਰਟ ਮੇ ਮਿਲ ਗਿਆ ਬਟ ਇਮੀਗ੍ਰੇਸ਼ਨ ਦੇ ਕੋਲ ਜਦੋਂ ਫਾਈਲ ਜਾਂਦੀ ਹੈਗੀ ਇਮੀਗ੍ਰੇਸ਼ਨ ਕਹਿੰਦਾ ਹਾਊ ਆਰ ਦੇ ਫਾਈਵ ਰਿਲੇਟਡ ਟੂ ਦਿਸ ਬਿਜ਼ਨਸ ਆਪਸ ਦੇ ਵਿੱਚ ਕੀ ਕੀ ਕੋਰਿਲੇਸ਼ਨ ਹੈ ਸੋ ਉਸ ਸਟੇਜ ਤੇ ਅਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈਗੀ ਸੋ ਬਹੁਤ ਸਾਰੇ ਐਪਲੀਕੈਂਟਸ ਇਸ ਵਜ੍ਹਾ ਨਾਲ ਰਿਫਿਊਜ਼ ਹੁੰਦੇ ਨੇ ਸੋ ਫੀਸ ਘਟਾਉਣ ਦੇ ਚੱਕਰ ਦੇ ਵਿੱਚ ਨਾ ਗੱਲ ਕਰੋ ਇਸ ਐਪਲੀਕੈਂਟ ਇਸ ਇਹੋਰੇ ਲਾਇਰ ਇਹੋਰੇ ਕੰਸਲਟੈਂਟ ਨਾਲ ਡਿਸਕਸ ਕਰੋ ਜਿਹੜਾ ਲੀਗਲੀ ਐਂਡ ਲੌਜੀਕਲੀ ਤੁਹਾਡੇ ਬਿਜ਼ਨਸ ਨੂੰ ਸੁਜੈਸਟ ਕਰ ਸਕਦਾ ਹੈ ਕਿ ਉਹ ਤੁਹਾਡੇ ਵਾਸਤੇ ਕਿਹੜਾ ਪ੍ਰੋਗਰਾਮ ਬੈਸਟ ਵਰਕ ਕਰ ਸਕਦਾ ਹੈ ਐਂਡ ਥਿਸ ਇਜ਼ you but it has to be done right and please make sure je india de vich ya pakistan de vich apne agent to kisi file put up karwa rahe ho jehda authorized nahi huga ohna nu puchho ke mere file de utte mere business plan de utte kinne applicant tusi paan lagge ho ek time te so that is one thing jehdi tonu letter of support milan to baad vi tade file refuse hon de chances kafi zyada bad jande ne so straight forward advice chande ho te ek vari icc nal zarur contact karo we can assist you suggest you ke kehdi option work kar sadi tode waste and eh vi cheez hai ki samraj कि हर एक एप्लीकेंट वास्ते स्टार्टअप वीजा वर्क वो नहीं, नहीं करेगा so, वास्ते इंटरा कंपनी ट्रांसफर ही वर्क करेगी किसे वास्ते पी एन पी प्रोग्राम वर्क करेगा किसी वास्ते ओनर ओपरेटर कैटेगरी वर्क करेगी सो so, सारी चीज़ें डिस्कस करईसी कॉन्टैक्ट कर सौ एंड वी कैन गाइड यू एंड सुजेस्ट यू कि ए ऑप्शन बैस्ट सुटेड केड़ी है किस तरह वर्कआउट की जा सकती है ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ ਜਿਵੇਂ ਕਿ ਮਨੋਹਰਾ ਨੇ ਵੀ ਦੱਸਿਆ ਵੀ ਜਿਹੜਾ bizness start up visa ਹੈ ਹਰ ਲਈ ਹਰ ਇਸ ਲਈ ਆਪਸ਼ਨ ਨਹੀਂ ਹੈਗੀ ਸੋ ਕਿਹੜੀ ਆਪਸ਼ਨ ਤੁਹਾਡੇ ਲਈ ਬੈਟ ਰਿਹਾ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਦਫਤਰ ਇਹਨਾਂ ਦੇ ਨਾਲ ਅਪਾਇੰਟਮੈਂਟ ਬਣਾ ਕੇ ਗੱਲਬਾਤ ਕਰ ਸਕਦੇ ਹੋ ਅੱਛਾ ਮਨੋ ਜੀ ਨਾਲ ਹੀ ਤੁਸੀਂ ਥੋੜੀ ਜਿਹੀ ਗੱਲ ਜਿਹੜਾ ਟੈਲੈਂਟ ਇਮੀਗ੍ਰੇਸ਼ਨ ਆ ਉਹਦੀਆਂ ਜਿਹੜੀਆਂ ਆਪਸ਼ਨਸ ਨੇ ਕਿਉਂਕਿ ਕਾਫੀ ਪੌਪੂਲਰ ਇਹ ਵੀ ਇੱਕ ਕੈਟਾਗਰੀ ਹੈਗੀ ਅਤੇ ਇਹਦੇ ਤੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਸਿਮਰਤ ਜੀ atlantic ਦੇ ਵਿੱਚ ਚਾਰ ਪ੍ਰੋਵਿੰਸਸ ਆ ਜਾਂਦੇ ਨੇ ਨੀ ਨੋਵਾ ਸਕੋਸ਼ਾ ਨਿਊ ਬ੍ਰਾਂਜ਼ਵਿਕ ਨਿਊ ਫਾਉਂਡਲੈਂਡ ਲੈਬਰਾਡੋਰ ਐਂਡ ਪ੍ਰਿੰਸ ਐਡਵਾਰਡਾ ਲੈ ਐਂਡ ਚਾਰੇ ਅਮੇਜ਼ਿੰਗ ਪ੍ਰੋਵਿੰਸਸ ਅਗੇ ਨੇ ਜਿੱਥੇ ਪਹਿਲੇ ਇੱਕ ਇੱਕ ਸਿਟੀ ਦੇ ਵਿੱਚ ਜਾ ਕੇ ਕੋਈ ਦੇਸੀ ਗ੍ਰੋਸਰੀ ਸਟੋਰ ਨਹੀਂ ਮਿਲਦਾ ਸੀਗਾ ਕੋਈ ਇੰਡੀਅਨ ਸਾਊਥ ਏਸ਼ੀਅਨ ਰੈਸਟੋਰੈਂਟ ਨਹੀਂ ਨਜ਼ਰ ਆਉਂਦਾ ਸੀ ਹੁਣ ਤੁਸੀਂ ਉਸ ਕਿਸੇ ਵੀ ਸਿਟੀ ਦੇ ਵਿੱਚ ਚਲ ਜਾਓ ਕਿਸੇ ਵੀ ਟਾਊਨ ਦੇ ਵਿੱਚ ਚਲ ਜਾਓ ਤੁਹਾਨੂੰ 8-8 ਗ੍ਰੋਸਰੀ ਸਟੋਰਸ ਨਜ਼ਰ ਆਉਂਦੇ ਨੇ ਇੱਕ ਇੱਕ ਟਾਊਨ ਦੇ ਵਿੱਚ ਐਂਡ ਇੱਕ ਇੱਕ ਟਾਊਨ ਦੇ ਵਿੱਚ ਜਿੱਥੇ ਇੱਕ ਰੈਸਟੋਰੈਂਟ ਨਹੀਂ ਸੀਗਾ ਹੁਣ 30-30 ਰੈਸਟੋਰੈਂਟਸ ਨਜ਼ ਪੋਪੂਲੇਸ਼ਨ ਦਾ ਕਾਫੀ ਸਾਰਾ ਰੁਝਾਨ ਇਸ ਟਾਈਮ ਉਹਨਾ ਪ੍ਰੋਵਿੰਸਸ ਦੇ ਵਿੱਚ ਹੈਗਾ ਸਾਊਥ-ਈਸਟ ਦਾ ਰੁਝਾਨ ਕਾਫੀ ਜ਼ਿਆਦਾ ਹੈਗਾ ਬਿਕੋਜ਼ ਉੱਥੇ ਓਪਰਚ्युनिटीਜ਼ ਆਫ ਗ੍ਰੋਥ ਜ਼ਿਆਦਾ ਹੈਗੀਆਂ ਪ੍ਰਾਪਰਟੀਆਂ ਦੀ ਗੱਲ ਕਰੀਏ ਅਸੀਂ ਬ੍ਰੈਂਟਨ ਗ੍ਰੇਟਰ ਵੈਂਕੂਵਰ ਏਰੀਆ ਗ੍ਰੇਟਰ ਟੋਰੰਟੋ ਏਰੀਆ ਦੀ ਗੱਲ ਕਰੀਏ ਇਸ ਟਾਈਮ ਪ੍ਰਾਪਰਟੀਆਂ ਨੂੰ ਇੱਥੇ ਸਕਾਈ ਰਾਕਟਿੰਗ ਪ੍ਰਾਈਸਜ਼ ਲੱਗ ਰਿਹਾ ਹੱਥ ਨਹੀਂ ਲੱਗ ਰਿਹਾ ਉੱਥੇ ਹਲੇ ਵੀ ਤੁਸੀਂ ਬੜਾ ਫਰਸਟ ਕਲਾਸ ਸੀ ਫੇਸਿੰਗ ਬੰਗਲੋਜ਼ ਐਂਡ ਵਾਟ ਨਾਟ ਤੁਸੀਂ ਲਾ ਸਕਦੇ ਹੋ ਐਂਡ ਬੜੀ ਰੀਜ਼ਨੇਬਲ ਪ੍ਰਾਈਸਸ ਤੇ ਨਾਲੇ ਉਹ ਜੋ ਕਹਿੰਦੇ ਨੇ ਵੀ ਜਦੋਂ ਆਪਾਂ ਸਕਦੇ ਆ ਐਬਸੋਲੂਟਲੀ ਸਮਰੱਥ ਜੀ ਅ ਅਮੇਜ਼ਿੰਗ ਓਪਰਚ्युनिटीज ਬਿਜ਼ਨਸ ਓਪਰਚ्युनिटीज ਜੌਬ ਓਪਰਚ्युनिटीज ਅਮੇਜ਼ਿੰਗ ਆ ਗਈਆਂ ਉਸ ਤੋਂ ਬਾਅਦ ਤੁਸੀਂ ਜਦੋਂ ਉੱਥੇ ਜਾਂਦੇ ਹੋ ਹਵਾ ਪਾਣੀ ਇਜ਼ ਅਮੇਜ਼ਿੰਗ ਲੈਂਡ ਕਟ ਲੈਂਡ ਵੱਧ ਮਿਲਦੀ ਹੈ ਇਹ ਘੱਟ ਪ੍ਰਾਈਸ ਦੇ ਵਿੱਚ ਐਂਡ ਇੱਥੇ ਤੁਸੀਂ ਜਿ ਗ੍ਰੇਟਰ ਟੋਰਾਂਟੋ ਜਾਂ ਗ੍ਰੇਟਰ ਵੈਂਕੂਵਰ ਦੀ ਗੱਲ ਕਰੋ ਤੇ ਤੁਸੀਂ ਤੁਸੀਂ ਇੰਨੇ ਜਿਆਦਾ ਪੈਸੇ ਲੈ ਕੇ ਜਾਓਗੇ ਤੇ ਇੰਨੀ ਜਿਆਦਾ ਜ਼ਮੀਨ ਲੈ ਕੇ ਆਓਗੇ ਉੱਥੇ ਇੰਨੇ ਪੈਸੇ ਦਿਓਗੇ ਤੇ ਇੰਨੀ ਜ਼ਮੀਨ ਲਓਗੇ ਬਿਲਕੁਲ ਬਹੁਤ ਫਰਕ ਹੈ ਜੀ ਬਿਲਕੁਲ ਬਹੁਤ ਫਰਕ ਹੈ ਕਿਉਂਕਿ ਆਪਰਚੂਨਿਟੀਆਂ ਬਹੁਤ ਆ ਗਿਆ business ਹਲੇ ਵੀ ਉੱਥੇ ਬੜੇ ਫਰਸਟ ਕਲਾਸ ਹੈਗੇ ਨੇ ਆਪਰਚੂਨਿਟੀਆਂ ਬੜੀ ਬੇਅੰਤਿਹਾ ਹੈਗੀਆਂ ਐਂਡ ਸਮਰਤ ਜੀ ਉਹ ਸੂਬੇ ਬੜੇ ਫਰਸਟ ਕਲਾਸ ਗਰੋ ਕਰ ਰਹੇ ਨੇ ਇਸ ਟਾਈਮ AIPP ਪਾਇਲਟ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਗਏ ਸੀਗੇ ਉਹਨਾਂ ਦਾ ਬੜਾ ਹੀ ਫਰਸਟ ਸਟਰਸ ਰਿਜ਼ਲਟਸ ਆ ਐਂਡ ਆਈਸੀਸੀ ਕੋਲ ਸਾਡੇ ਕੋਲ ਵੀ ਕਾਫੀ ਸਾਰੀ ਆਪਰਚੂਨਿਟੀਆਂ ਉੱਥੇ ਮੌਜੂਦ ਹੈਗੀਆਂ ਹੌਸਪੀਟੈਲਿਟੀ ਸੈਕਟਰ ਦੀਆਂ ਬਹੁਤ ਸਾਰੇ ਤੁਹਾਨੂੰ ਯਾਦ ਹੋਵੇਗਾ ਬੱਚੇ ਸੀਗੇ ਜਿਹੜੇ ਆਸਟ੍ਰੇਲੀਆ ਨਿਊਜ਼ੀਲੈਂਡ ਕੁਕਿੰਗ ਦੇ ਹੌਸਪੀਟੈਲਿਟੀ ਕੋਰਸ ਕਰਨ ਗਏ ਸੀ ਬਟ ਉੱਥੇ ਰੂਲਸ ਚੇਂਜ ਹੋ ਗਏ ਉਹ ਬੱਚੇ ਪੀਆਰ ਵਾਸਤੇ ਐਲੀਜੀਬਿਲਟੀ ਨਹੀਂ ਬਣੇ ਬਟ ਅਜ ਦੀ ਤਰੀਕ ਦੇ ਵਿੱਚ ਉਹਨਾਂ ਬੱਚਿਆਂ ਦੇ ਕੋਲ ਐਜੂਕੇਸ਼ਨ ਵੀ ਹੈਗੀ ਹੈ ਗ੍ਰੇਡ 10 ਤੋਂ ਗ੍ਰੇਡ 12 ਤੋਂ ਬਾਅਦ ਦੋ ਦੋ ਸਾਲ ਦੇ ਡਿਪਲੋਮੇ ਕਰ ਲਏ ਆਈ ਲਟਸ ਵੀ ਕਰ ਸਕਦੇ ਨੇ ਐਕਸਪੀਰੀਅੰਸ ਵੀ ਕੁਕਿੰਗ ਦਾ ਹੌਸਪੀਟੈਲਿਟੀ ਦਾ ਓਨਟਾਰੀਓ ਦੇ ਵਿੱਚ ਆਣਗੇ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਆਤੇ ਜਾਣਗੇ ਪਹਿਲੇ ਵਰਕ ਪਰਮਿਟ ਤੇ ਬਟ ਪੀਆਰ ਵਾਸਤੇ ਉਹਨਾਂ ਨੂੰ ਫਿਰ ਜਦੋਂ ਜਾਇਦ ਕਰਨੀ ਪੈਗੀ ਬਿਕੋਜ਼ ਉਹਨਾਂ ਦਾ ਐਕਸਪ੍ਰੈਸ ਐਂਟਰੀ ਦਾ ਸਕੋਰ ਹੀ ਉਸ ਤਰ੍ਹਾਂ ਨਹੀਂ ਬਣੇਗਾ ਬਿਕੋਜ਼ ਉਹਨਾਂ ਦੀ ਡਿਗਰੀ ਅਸੈਸਮੈਂਟ ਵੀ ਜਿਹੜੀ ਹੈਗੀ ਉਹ ਡਿਪਲੋਮਾ ਦੀ ਆਏਗੀ ਜਦ ਕਿ ਜੇ ਅਟਲੈਂਟਿਕ ਪ੍ਰੋਵਿੰਸਸ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ 1 ਸਾਲ ਕੰਮ ਕਰਨ ਤੋਂ ਬਾਅਦ ਪੀਐਨਪੀ ਦੇ ਵਿੱਚ ਆਰਾਮ ਨਾਲ ਕੁਆਲੀਫਾਈ ਹੋ ਸਕਦੇ ਨੇ ਐਂਡ ਥਿਸ ਇਜ਼ ਐਨ ਅਮੇਜ਼ਿੰਗ ਓਪਰਚ्युनिटी ਫਾਰ ਦੋਸ ਸਟੂਡੈਂਟ ਜਿਨ੍ਹਾਂ ਦੇ ਕੋਲ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਐਜੂਕੇਸ਼ਨ ਹੈਗੀ ਐਕਸਪੀਰੀਅੰਸ ਹੈਗਾ ਯੂਰੋਪੀਅਨ ਐਕਸਪੀਰੀਅੰਸ ਹੈਗਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਆਈਸੀਸੀ ਨਾਲ ਕੰਟੈਕਟ ਕਰ ਸਕਦੇ ਹੋ ਵੀ ਕੈਨ ਅਸਿਸਟ गाइड यू एंड एਦੇ ਨਾਲ ਨਾਲ ਜਿਹੜੇ ਇਵਨ 온ਟਾਰੀਓ ਦੇ ਵਿੱਚ ਜਾਂ ਵੈਂਕੂਵਰ ਦੇ ਵਿੱਚ ਬੱਚੇ ਬੈਠੇ ਹੋਏ ਨੇ ਹੁਣ ਜਿਤਨਾ ਸਕੋਰ ਉੱਪਰ ਜਾਣੇ ਸ਼ੁਰੂ ਹੋ ਗਏ ਨੇ CRS ਦੇ CC ਜਦ ਤੱਕ ਹੈਗਾ ਗ੍ਰੇਟ ਬਟ ਅਗਲੇ ਸਾਲ ਤੱਕ CC ਨਹੀਂ ਰਹੇਗਾ बिकॉज़ ਸਕੋਰਸ ਫਿਰ 475 ਦੇ ਆਸ-ਪਾਸ ਚੱਲ ਜਾਣਗੇ ਸੋ ਪਲਾਨ ਯੋਰ ਫਿਊਚਰ ਇਨ ਸੱਚ ਅ ਵੇ ਤੁਹਾਡੇ ਮਾਪਿਓ ਨੇ ਤੁਸੀਂ ਵੀ ਮਿਹਨਤਾਂ ਬੜੀਆਂ ਕੀਤੀਆਂ ਤੁਹਾਡੇ ਮਾਪਿਓ ਨੇ ਬੜੇ ਮਿਹਨਤਾਂ ਕਰਕੇ ਤੁਹਾਨੂੰ ਇੱਥੇ ਪੜਨ ਵਾਸਤੇ ਭੇਜਿਆ ਸੋ ਗੋ ਐਂਡ ਪਲਾਨ ਤਾਂ ਕਿ ਐਂਡ Ontario ਤੁਹਾਡੇ ਵਾਸਤੇ ਕੀ ਹੈਗਾ ਅ ਇੰਡੀਆ ਤੋਂ ਪੰਜਾਬ ਤੋਂ ਜੇ ਗੱਲ ਕਰੀਏ Ontario ਵੀ ਉਹਨਾਂ ਹੀ ਦੂਰ ਹੈ Nova Scotia ਵੀ ਉਹਨਾਂ ਦੂਰ ਹੈ Manitoba ਵੀ ਉਹਨਾਂ ਹੀ ਦੂਰ ਹੈ Saskatchewan ਸੋ ਪਲਾਨ ਇਟ ਨਾ ਵੇ ਜਿੱਥੇ ਤੁਹਾਡੀ PR ਆਸਾਨ ਹੋਵੇ ਐਂਡ ਉਹਦੇ ਉੱਤੇ ਕੰਮ ਕਰੋ ਐਂਡ ਉਹ ਜੇ ਜੋਬਸ ਦੇ ਵਿੱਚ ਹੈਲਪ ਚਾਹੀਦੀ ICC ਨਾਲ ਕੰਟੈਕਟ ਕਰ ਸਕਦੇ ਹੋ ਜੋਬਸ ਦੀ ਆਪਰਚੂਨਿਟੀ ਸਾਡੇ ਵਾਸਤੇ ਸਾਡੇ ਕੋਲ ਇਸ ਤਰ੍ਹਾਂ ਆndੀਆਂ ਰਹਿੰਦੀਆਂ ਬਿਕਾਜ਼ ਸਾਡੇ ਵੀ ਹੈਵ ਬੀਨ ਇਨ ਬਿਜ਼ਨਸ ਫਾਰ 15 ਪਲੱਸ ইयर्स ਐਂਡ ਬਹੁਤ ਸਾਰੇ EMPLOYEES ਨਾਲ ਸੀ ਉੱਥੇ ਕੰਮ ਕਰਦੇ ਰਹੇ ਹਨ ਜਿਨ੍ਹਾਂ ਦੇ ਕੋਲ ਜਿਹੜੀ ਵੀ ওপਨਿੰਗਸ ਆndੀਆਂ ਤੇ ਰੀਚ ਆਊਟ ਟੂ ਅਸ ਐਂਡ ਅਸੀਂ ਤੁਹਾਡੀ ਇੰਟਰਵਿਊ ਕਰਵਾ ਦਿੰ ਗੋਸ ਵੈਲ ਐਪਲੀ ਐਜ਼ ਐਨ ਐਪਲੀਕੈਂਟ ਤੁਹਾਨੂੰ ਤੁਹਾਡੀ ਅੱਛੀ ਰਹਿੰਦੀ ਹੈ ਐਮਪਲੋਇਰ ਨੂੰ ਤੁਹਾਡੇ ਰੈਜ਼ਿਊਮੇ ਅੱਛਾ ਲੱਗਦਾ ਤੇ ਯੂ ਗੋ ਐਂਡ ਵਰਕ ਵਿਦ them ਐਂਡ ਤੁਹਾਡੀ ਪੀਆਰ ਪੋਸੀਬਲ ਹੈ ਇਸੇ ਤਰ੍ਹਾਂ ਐਲ ਐਮ ਆਈ ਤੇ ਵਰਕ ਪਰਮਿਟ ਤੇ ਆ ਸਕਦੇ ਹੋ ਗ੍ਰੇਡ 12 ਕੀਤੀ ਹੈ ਤਾਂ ਵੀ ਤੁਹਾਡੇ ਕੋਲ ਓਪਰਚੁਨਿਟੀਆਂ ਹੈਗੀਆਂ ਪਰਮਨੈਂਟ ਰੈਜ਼ੀਡੈਂਸੀ ਹੋਣਦੀ ਹੈ ਐਂਡ ਵਿਦ ਫੈਮਿਲੀ ਓਪਰਚੁਨਿਟੀਆਂ ਹੈਗੀਆਂ ਜਦ ਕਿ ਐਜ਼ ਅ ਕੁੱਕ ਸ਼ੈਫ ਜੇ ਓਨਟਾਰੀਓ ਦੇ ਵਿੱਚ ਆਓਗੇ ਤੇ ਸਿਰਫ ਪੀ ਐਨ ਪੀ ਕੈਟਾਗਰੀਜ਼ ਤੁਹਾਡੇ ਵਾਸਤੇ ਰਹਿ ਜਾਣਗੇ ਜਿਹਦੇ ਵਿੱਚ ਤੁਸੀਂ ਪੀਆਰ ਹਾਸਲ ਕਰ ਸਕੋਗੇ ਉੱਥੇ ਘੱਟ ਬੈਂਸ ਹੈਗੇ ਨੇ ਆਇਲੈਂਡਸ ਤੇ ਸੀਆਰਐਸ ਕੱਟ ਸਕੋਰ ਹੈ ਦੈਨ ਆਲਸੋ ਯੂ ਕੈਨ ਕੁਆਲੀਫਾਈ ਸੋ ਓਪਰ ਓਪਰਚੁਨਿਟੀਜ਼ ਆਰ ਅਮੇਜ਼ਿੰਗ ਓਨਲੀ ਥਿੰਗ ਇਜ਼ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਹਾਡੇ ਵਾਸਤੇ ਕਿਹੜੀ ਆ ਕੈਟਾਗਰੀ ਤੇਰੀ ਓਪਰਚੁਨਿਟੀ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੇ ਅੱਛਾ ਮਨੂ ਜੀ ਜਾਣ ਤੋਂ ਪਹਿਲਾਂ ਆਪਾਂ ਤੁਸੀਂ ਆਫਿਸ ਦਾ ਇੱਕ ਨੰਬਰ ਤੇ ਜਿਹੜਾ WhatsApp ਨੰਬਰ ਹੈ ਉਹ ਵੀ ਜ਼ਰੂਰ ਸਾਂਝਾ ਕਰੋ ਬਿਲਕੁਲ ਸਿਮਰਤ ਜੀ ਸਾਡਾ ਆਫਿਸ ਜਿੰਨੇ ਵੀ ਹੈਗੇ ਨੇ ਕੈਨੇਡਾ ਦੇ ਵਿੱਚ ਹੈਗੇ ਨੇ ਐਡਰੈਸ ਹੈਗਾ 1137 ਹੈੱਡ ਆਫਿਸ ਦਾ 1137 ਡੇਰੀ ਰੋਡ ਈਸਟ ਮਿਸ ਸਾਗਾ ਐਂਡ ਈਮੇਲ uh, ਆਈਡੀ ਹੈਗਾ info@iccimmigration.ca info info@iccimmigration.ca ਫੋਨ ਨੰਬਰ ਹੈਗਾ

85096478509000 ਇਮੀਗ੍ਰੇਸ਼ਨ ਦੀ ਕੋਈ ਵੀ ਡਵਾਈਸ ਲੈਣਾ ਚਾਹੁੰਦੇ ਹੋ ਟਰਾਂਸਪੇਰੈਂਟ ਇਨਫੋਰਮੇਸ਼ਨ ਸੁਣਨ ਵਾਸਤੇ ਤਿਆਰ ਹੈਗੇ ਹੋ ਤੇ ਇੱਕ ਵਾਰੀ ਆਰ ਡੀ ਐਮ ਡੀ ਆਈ ਸੀ ਸੀ ਇਮੀਗ੍ਰੇਸ਼ਨ ਟੀਮ ਨੂੰ ਜ਼ਰੂਰ ਕੰਟੈਕਟ ਕਰੋ ਦਿਸ ਇਸ ਅ ਟੀਮ ਥੈਟ ਇਜ਼ ਨੋਨ ਫਾਰ ਕ੍ਰਿਸਟਲ ਕਲੀਅਰ ਐਂਡ ਟਰਾਂਸਪੇਰੈਂਟ ਡਵਾਈਸ ਜਿਹੜੀ ਚੀਜ਼ ਪੋਸੀਬਲ ਹੋਏਗੀ ਵੀ ਵਿਲ ਟੈਲ ਯੂ ਜਿਹੜੀ ਚੀਜ਼ ਨਹੀਂ ਹੋਏਗੀ ਵੀ ਵਿਲ ਟੈਲ ਯੂ ਕਿ ਭਾਈ ਡੋਨਟ ਵੇਸਟ ਯੂ ਟਾਈਮ ਐਂਡ ਹਾਰਡ ਐਂਡ ਮਨੀ ਐਂਡ ਇੱਕ ਚੀਜ਼ ਹੋਰ ਇਟ ਇਜ਼ ਬੈਟਰ ਜੇ ਤੁਸੀਂ ਆਪਣਾ ਕੇਸ ਬਾਰੋਂ ਡਿਸਕਸ ਕਰਨਾ ਚਾਹੁੰਦੇ ਹੋ ਤੁਸੀਂ ਕੰਸਲਟ ਕੰਸਲਟੇਸ਼ਨ ਟਾਈਮ ਬੁੱਕ ਕਰ ਸਕਦੇ ਹੋ ਐਂਡ ਪੇ ਯੋਰ ਫੀਸ ਇਸ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਅੱਧਾ ਘੰਟਾ 20 ਮਿੰਟ ਤੁਹਾਡੇ ਨਾਲ ਸਪੈਂਡ ਕਰਦੇ ਹਾਂ ਐਂਡ ਉਹਦੇ ਤੋਂ ਜ਼ਿਆਦਾ ਵੀ ਜੇ ਲੋੜ ਪੈਂਦੀ ਵੀ ਗੋ ਥਰੂ ਯੋਰ ਇੰਟਾਇਰ ਡਿਟੇਲਸ ਵੀ ਡਿਸਕਸ ਕਰਕੇ ਕਿਹੜੀ ਓਪਰਚ्युनिटीज ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੀ ਹੈ ਜੇ ਫ੍ਰੀ ਕੰਸਲਟੇਸ਼ਨ ਰਹਿਣੀ ਹੈ ਅਸੀਂ ਦੋ ਜਾਂ ਤਿੰਨ ਸਵਾਲ ਤੁਹਾਡੇ ਆਨਸਰ ਕਰ ਸਕਦੇ ਹਾਂ ਬਟ ਜੇ ਡੈਪਥ ਦੇ ਵਿੱਚ ਕੰਸਲਟੇਸ਼ਨ ਰਹਿਣੀ ਹੈ ਤੇ ਯੂ ਹੈਵ ਟੂ ਪੇ ਦੈਟ ਫੀਸ ਐਂਡ ਬੜੀ ਨੋਮੀਨਲ ਜੀ ਫੀਸ ਹੈਗੀ ਐਂਡ ਕੱਲ ਨੂੰ ਤੁਸੀਂ ਜੇ ਕੋਈ ਸਰਵਿਸਿਜ਼ ਲੈਂਦੇ ਹੋ ਤੇ ਤੁਹਾਡੀ ਫੀਸ ਉਹਦੇ ਵਿੱਚ ਜ ਮਹਾਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਜੇ ਤੁਸੀਂ ਆਪਣੇ ਬੜੇ ਮੁੱਲੇ ਵਿਚਾਰ ਆਪਣੇ ਦਰਸ਼ਕਾਂ ਨਾਲ ਸਾਂਝੇ ਕੀਤੇ ਧੰਨਵਾਦ ਥੈਂਕ ਯੂ ਵੈਰੀ ਮਚ ਸਮਰਤ ਜੀ ਥੈਂਕ ਯੂ ਅਗਲੇ ਹਫਤੇ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਗੁਰੂ ਦੇ ਵਿੱਚ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ